ਬੱਚਾ ਜਿਹਦੀ ਰੋਂਦੇ ਦੀ ਆਵਾਜ਼ ਜੀ ਕਿੱਥੋਂ ਆਉਂਦੀ ਆ? ਚਲ ਬਾਈ ਦੇਖਦੇ ਆ, ਆ ਜਾ ਕਿੱਧਰੋਂ ਬਾਈ? ਉਹ ਦੇਖ, ਉਹ ਦੇਖ, ਆ ਬੱਚੀ ਬਾਈ। ਹਾਂ ਲੈ ਦੱਸੋ ਬਾਈ, ਆ ਜਵਾਕੜੀ ਦਾ ਭਲਾ ਕੀ ਕਸੂਰ? ਕੋਈ ਹੁਣੇ ਹੁਣੇ ਸੁੱਟ ਕੇ ਗਿਆ, ਜੇ ਕਹੇ ਤਾਂ ਬਖਸ਼ੀਸ਼ਿਆ ਤੇਰੀ ਝੋਲੀ ਪਾ ਦਈਏ, ਤੇਰੇ ਕੱਲਾ ਕੱਲਾ ਪੁੱਤ ਹੈ, ਤੇਰੀ ਸਕੀਰੀ ਬਣ ਜੂ। ਹਾਂ ਵੀ ਪਾ ਦਿਓ ਬਖਸ਼ੀਸ਼ਿਆ ਦੀ ਝੋਲੀ, ਇਹ ਕਰ ਲੂਗਾ ਦੇਖਭਾਲ ਵਿਚਾਰੀ ਦੀ। ਨਹੀਂ ਬਖਸ਼ੀਸ਼ਿਆ, ਤੈਨੂੰ ਪੁੰਨ ਤਾਰ ਦੀ ਜਵਾਕੜੀ ਦਾ, ਲਓ ਵੀ ਪਾ ਦਿਓ। ਨੌ ਦਸ ਮਹੀਨੇ ਮੈਨੂੰ ਪੇਟ ਵਿੱਚ ਰੱਖ ਕੇ ਤੂੰ, ਮਾਂ ਤੂੰ ਇੰਨੀ ਪੀੜ ਵੀ ਚਰੀ, ਤੈਨੂੰ ਵੀ ਤਾਂ ਜੰਮਿਆ ਸੀ ਨਾਨੀ ਮਾਂ ਨੇ ਕੁੱਖ ਵਿੱਚੋਂ, ਦੱਸ ਤੇਰੀ ਜ਼ਮੀਰ ਕਿਉਂ ਮਰੀ? ਪਰ ਕਾਲ ਜੇ ਚੋਂ ਰੁੱਗ ਰੋਹੀਆਂ ਵੱਲ ਤੁਰ ਪਈ, ਨੀ ਕਿਉਂ ਕੰਡਿਆਂ ਤੇ ਸੁੱਟ ਮੈਂ ਤਰੀ, ਕੰਡਿਆਂ ਤੇ ਸੁੱਟ ਮੈਂ ਤਰੀ, ਕੰਡਿਆਂ ਤੇ ਸੁੱਟ ਮੈਂ ਤਰੀ। ਉਹ ਮੇਰੇ ਪੁੱਤ ਨਾ ਕਿਹਦਾ ਪਾਪ ਚੱਕ ਲਿਆ ਹੁਣ? ਐ ਨਾ ਬੋਲ ਬਖਤਿਆਰ ਪੁਰੇ, ਇਹ ਤਾਂ ਲਕਸ਼ਮੀ ਆ ਲਕਸ਼ਮੀ। ਨਾ ਆਪਦਿਆਂ ਤਾਂ ਪੇਟ ਚ ਕਤਲ ਕਰਾਉਂਦਾ ਰਿਹਾ, ਅਖੇਜ ਕੁੜੀ ਜੰਮਪੀ ਤਾਂ ਬੇਬੇ ਨੇ ਘਰ ਨਹੀਂ ਰੱਖਣਾ ਤੈਨੂੰ, ਤੇ ਅਫਗਾਨੀ ਲਾਦ ਨੂੰ ਲਕਸ਼ਮੀ ਦੱਸ ਦੇ। ਚੱਲ ਚੰਗਾ ਚੁੱਪ ਕਰ ਭਲੀਏ ਲੋਕੇ, ਉਦੋਂ ਬੇਬੇ ਦਾ ਜ਼ਮਾਨਾ ਸੀ। ਲੈ ਫੜ ਘਰ ਆਏ ਜੀ ਨੂੰ ਗੱਲ ਨਾਲ ਲਾ ਲੈ। ਮੈਥੋਂ ਨੀ ਲਾਈ ਦੀ ਗੱਲ ਨਾ, ਤੂੰ ਹੀ ਲਾ ਲੈ, ਤੂੰ ਹੀ ਸਾਂਭੀ ਹੁਣ ਇਹਨੂੰ, ਵੱਡੀ ਹੋ ਗਈ ਇਹੀ ਨੱਕ ਵਢਾਉ ਤੇਰਾ, ਮੇਰੀ ਗੱਲ ਯਾਦ ਰੱਖੀ। ਉੱਤ ਕਿਹੜੇ ਵੱਡੀ ਉਮਰ ਤੇ ਮੂਰਦੇ ਆ, ਵੇਖਿਆ ਹੀ ਆ ਘਰ ਘਰ ਕੀ ਹਾਲ ਹੋਈ ਜਾਂਦਾ, ਧੀਆਂ ਤਾਂ ਆ ਕੇ ਦੁੱਖ ਸੁੱਖ ਸੁਣ ਲੈਂਦੀਆਂ, ਇਹਦੇ ਕਰਮਾਂ ਦਾ ਰੱਬ ਆਪੇ ਤੂੰ ਮੁਖਤਿਆਰ ਪੁਰੇ। ਚੁੱਪ 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 ਮੰਤਰੀ ਚੁੱਪ। ਬੀਬੀ ਛੇਤੀ ਬਿਤਾ ਦੇ ਰੋਟੀ, ਮੈਂ ਸਕੂਲੋਂ ਲੇਟ ਹੋਈ ਜਾਂਦਾ। ਹਾਂ ਸੱਚ, ਮੈਨੂੰ ਟੱਚ ਵਾਲਾ ਫੋਨ ਚਾਹੀਦਾ, ਪਾਪੇ ਨੂੰ ਕਹਿ ਦੀ, ਮੇਰੇ ਨਾਲ ਦੇ ਸਾਰਿਆਂ ਮੁੰਡਿਆਂ ਕੋਲ ਆ। ਨਾ ਤੂੰ ਸੁਣਦਾ ਮੁੰਡਾ ਕੀ ਕਹਿੰਦਾ, ਸ਼ਹਿਰੋਂ ਲਿਆ ਦੀ ਅੱਜ ਇਹਨੂੰ ਟੱਚ ਵਾਲਾ ਫੋਨ। ਨਾ ਇਹਨੂੰ ਕਿੱਥੋਂ ਲਿਆਣਾ ਟੱਚ ਫੋਨ, ਇਹਨੂੰ ਪੜ੍ਹ ਲਿਖ ਕੇ ਕੋਈ ਵੱਡਾ ਬਣ ਜਾਂਦੇ, ਨਾ ਵਿਗਾੜ ਨਾ ਇਹਨੂੰ ਟੱਚ ਫੋਨ ਦੇ ਕੇ। ਸੁੱਖ ਨਾ ਇੱਕੋ ਇੱਕ ਮੇਰਾ ਲਾਡਲਾ ਪੁੱਤ ਹੈ, ਤੂੰ ਉਹਦੇ ਬਾਰੇ ਹੱਥ ਘੁੱਟਦਾ ਰਹਿਣਾ, ਕਦੇ ਕੋਈ ਚੀਜ਼ ਖੁਸ਼ ਹੋ ਕੇ ਵੀ ਲੈ ਜਾ ਕਰ। ਮੁਖਤਿਆਰਪੁਰੇ ਮੈਂ ਕੋਈ ਹੱਥ ਨਹੀਂ ਘੁੱਟਦਾ, ਪੁੱਤ ਤਾਂ ਮੇਰਾ ਵੀ ਹੈ, ਪਰ ਮੈਂ ਇਹਨੂੰ ਵਿਗਾੜਨਾ ਨਹੀਂ ਚਾਹੁੰਦਾ। ਅਜੇ ਸਰਦਾ ਇਹਨੂੰ ਫੋਨ ਬਿਨਾ, ਕੀ ਕਰਨਾ ਇਹਨੇ ਫੋਨ ਲੈ ਕੇ, ਪਹਿਲਾਂ ਪੜ੍ਹ ਲਿਖ ਕੇ ਕੁਛ ਬਣ ਜਾਵੇ, ਕੋਈ ਨਾ ਸਭ ਕੁਛ ਲੈ ਦੂੰਗਾ, ਲਿਆ ਦੋ ਤੂੰ ਕੋਸਾ ਜਿਹਾ ਕਰਕੇ, ਜੋ ਅਗਲੀ ਨੂੰ ਭੁੱਖ ਲੱਗੀ ਆ ਪਿਆ ਦਿਆਂ। ਨਾ ਮੈਥੋਂ ਨੀ ਸਿਆਪਾ ਹੁੰਦਾ ਹੈਗਾ, ਕਿੱਥੋਂ ਲਿਆ ਕੇ ਜਾ ਪਖੜਾ ਕਰਤਾ, ਮੈਂ ਤਾਂ ਰੋਟੀ ਥੱਪਦੀ ਆ, ਮੁੰਡਾ ਸਕੂਲੋਂ ਲੇਟ ਹੋਈ ਜਾਂਦਾ। ਲਿਆ ਘੁੱਟ ਕੇ ਦੁੱਧ ਦੇ ਦੇ ਮੈਨੂੰ, ਪਰ ਮੈਂ ਹੀ ਕਹਿ ਦਿੰਦਾ। ਚੁੱਪ
ਕਿਹਾ ਬੀਬੀ ਮੈਂ ਮਾਰਦੀ ਹਾਂ ਝਾੜੂ, ਤੁਸੀਂ ਬਹਿ ਜਾਓ। ਲੈ ਧੀਏ ਬੀਬੀ ਲਿਆ ਚਾ, ਮੈਨੂੰ ਵੀ ਚਾ ਦਿਓ ਘੱਟ। ਨਾ ਤੂੰ ਸਵੇਰ ਦਾ ਕਿਸੇ ਦੀ ਸਾਰਾ ਦਿਨ ਗਲੀਆਂ ਚ ਧੱਕੇ ਖਾਂਦਾ ਫਿਰਦਾ ਹੈ, ਕਦੇ ਦੋ ਅੱਖਰ ਪੜ ਵੀ ਲਿਆ ਕਰ। ਨਾ ਪੜ ਕੇ ਕਿਹੜਾ ਅਫਸਰ ਲੱਗਣਾ ਗਾ, ਘਾਈਆਂ ਦੇ ਪੁੱਤਾਂ ਦਾ ਕਾ ਹੀ ਕੋਤਨਾ ਮਾਤਾ। ਕੋਤਨਾ ਕਾ? ਚੱਲ ਕੁੜੀਏ ਜੇ ਹੈਗੀ ਤੇ ਦੋ ਘੁੱਟ ਫੜਾ ਦੇ। ਵੇਖ ਕਿਵੇਂ ਦੀ ਜ਼ੁਬਾਨ ਚੱਲਦੀ ਆ। ਤੂੰ ਤਾਂ ਮੈਨੂੰ ਨਾ ਹੀ ਬੁਲਾ ਤਾਂ ਚੰਗਾ ਪਾਪਾ, ਨਾਲੇ ਮੇਰੀ ਮੰਗ ਵੀ ਕਦੇ ਪੂਰੀ ਕੀਤੀ ਆ। ਕੀਤੀ ਆ ਮੰਗ ਪੂਰੀ ਇਹਦੀ? ਨਾਲੇ ਕਿੰਨੇ ਦਿਨ ਹੋ ਗਏ ਮੇਰਾ ਮੋਬਾਈਲ ਖਰਾਬ ਹੋਏ ਪਏ ਨੂੰ, ਮੈਨੂੰ ਨੀ ਪਤਾ, ਬਸ ਮੈਨੂੰ ਤਾਂ ਨਵਾਂ ਮੋਬਾਈਲ ਚਾਹੀਦਾ। ਚਾਹੀਦਾ ਮੋਬਾਈਲ ਇਹਨੂੰ, ਨਹੀਂ ਤਾਂ ਫਿਰ ਮੈਂ ਆਪੇ ਕਰ ਲੂੰਗਾ ਹੀਲਾ। ਯਾਰ ਕਰ ਲੈ ਹੱਥੋਂ ਹੀਲਾ। ਯਾਰ ਮੈਂ ਹੀਲਾ ਕਰਕੇ ਮੁੜੂੰਗਾ ਤੈਨਾਂ, ਜਾ ਤਾਂ ਚੱਲੇ ਫਿਰ। ਓਏ ਮੁੰਡਿਆ ਮੁੜ ਪਾ, ਗੱਲ ਤਾਂ ਸੁਣ। ਸੁਣਦਾ ਗੱਲ ਇਹ, ਮੈਂ ਤਾਂ ਐਵੇਂ ਬੰਟੀ ਦੇ ਭਾਪੇ ਨਾਲ ਲੜਦੀ ਰਹੀ, ਆ ਡੁੱਬ ਜਾਣੀ ਤਾਂ ਮੱਲੋ ਮੱਲੀ ਮੋਹ ਲੈਂਦੀ ਹੈ। ਮੁਖਤਿਆਰਪੁਰੇ ਬੰਟੀ ਕਿੱਥੇ ਆਪਣਾ? ਸਾਰਾ ਦਿਨ ਘਰ ਨੀ ਵੜਦਾ, ਉਹਦਾ ਖਿਆਲ ਰੱਖਿਆ ਕਰ, ਕਿਤੇ ਮੁੰਡਾ ਹੱਥੋਂ ਨਿਕਲ ਜੂ। ਤੂੰ ਤਾਂ ਜੀ ਉਹਦੇ ਪਿੱਛੇ ਪਿਆ ਰਹਿਣਾ, ਅਜੇ ਨਿਆਣਾ ਹੈ। ਆ ਤੇਰੇ ਲਾਡ ਪਿਆਰ ਨੇ ਵਿਗਾੜਿਆ ਸਾਰਾ, ਜਦੋਂ ਮੈਂ ਕੁਛ ਕਹਿਣਾ ਤੇ ਮੂਹਰਾਂ ਵੱਲ ਲੈਣੀ ਆ। ਭਲਾ ਜਵਾਨ ਮੁੰਡਾ ਗਲੀਆਂ ਮੋੜਾਂ ਤੇ ਖੜਾ ਚੰਗਾ ਲੱਗਦਾ? ਉੱਥੋਂ ਦੀ ਲੋਕਾਂ ਦੀਆਂ ਕੁੜੀਆਂ ਚਿੜੀਆਂ ਦਾ ਲੰਘਣਾ ਹੁੰਦਾ। ਕੋਈ ਨਾ ਜੀ, ਕਹਿ ਦੂੰਗੀ ਉਹਨੂੰ, ਘਰ ਆ ਜਾਣ ਤੇ ਨਾ ਜਾਇਆ ਕਰੂਗਾ। ਸੱਚ ਮੁਖਤਿਆਰਪੁਰੇ, ਆਪਣੀ ਕਰਮੀ ਦਾ ਮਾਸਟਰ ਟੱਕਰਿਆ ਸੀ ਅੱਜ ਮੈਨੂੰ। ਕੀ ਕਹਿੰਦਾ ਸੀ ਜੀ? ਉਹ ਕਹਿੰਦਾ ਬਾਹਰੋਂ ਸਕੂਲ 'ਚ ਟੀਮ ਆਈ ਹੈ ਤੇ ਉਹਨਾਂ ਨੇ ਆਪਣੀ ਕਰਮੀ ਨੂੰ ਸਿਲੈਕਟ ਕਰ ਲਿਆ, ਹੁਣ ਸਾਡੀ ਲਾਡੋ ਬਾਹਰ ਸਕੂਲ ਪੜ੍ਹਨ ਜਾਊਗੀ। ਅੱਛਾ ਜੀ। ਹਾਂ, ਉਹਦੀ ਸਾਰੀ ਪੜ੍ਹਾਈ ਫ੍ਰੀ ਹੋਊਗੀ। ਜੀ ਮੈਂ ਤਾਂ ਕੁਛ ਨਹੀਂ ਕਰ ਲਈ, ਜਿਵੇਂ ਮਰਜ਼ੀ ਕਰ ਲਾ। ਲੈ ਬੀਬੀ ਸਾਂ ਤੂੰ ਵੀ ਹੁਣ ਤਿਆਰ ਹੋ ਜਾ ਤੇ ਤੈਨੂੰ ਲੈ ਤੇਰੇ ਮਾਸਟਰ ਆਉਣਗੇ ਅੱਜ। ਚੰਗਾ ਪਾਪਾ ਜੀ, ਕਰ ਲੈਂਦੀ। ਚਲੋ ਨਿਆਣੀ ਦੀ ਜ਼ਿੰਦਗੀ ਬਣ ਜੂ ਭਾਈ, ਕੁੜੀਆਂ ਚਿੜੀਆਂ ਤਾਂ ਆਪਦੇ ਲੇਖ ਲਿਖਾ ਕੇ ਆਉਂਦੀਆਂ ਤੂੰ। ਹਾਂ ਬੇਬੇ, ਉਸ ਮਾਲਕ ਦੇ ਹੱਥ ਡੋਰਾਂ ਨੇ, ਉਹਨੂੰ ਸਭ ਦਾ ਫਿਕਰ ਹੁੰਦਾ। ਚੱਲ ਭਾਈ ਪੁੰਨ ਤਾਰ ਜੂ ਤੁਹਾਨੂੰ ਜਵਾਕੜੀ ਦਾ। ਹਾਂ ਸੱਚ ਬੇਬੇ, ਜਦ ਬੰਤੀ ਦਾ ਪਾਪਾ ਇਹਨੂੰ ਲੈ ਕੇ ਆਇਆ ਨਾ, ਮੈਂ ਬਾਹਲਾ ਹੀ ਅਵਾ ਤਵਾ ਬੋਲੀ ਉਹਨੂੰ, ਤੇ ਹੁਣ ਡੁੱਬ ਜਾਣੀ ਇੰਨਾ ਮੋਹ ਲੈਣ ਲੱਗ ਗਈ। ਮੈਨੂੰ ਪਛਤਾਵਾ ਹੋਇਆ ਪਿਆ ਵੀ ਮੈਨੂੰ ਐ ਬੋਲਣਾ ਨੀ ਚਾਹੀਦਾ ਸੀ। ਹੁਣ ਤਾਂ ਕੁੜੇ ਤੂੰ ਵੀ ਆਪਦੀ ਥਾਂ ਤੇ ਸਹੀ ਸੀ, ਜੋ ਵੀ ਹੋਇਆ ਚੰਗਾ ਹੋਇਆ ਭਾਈ, ਹੁਣ ਪਾਪ ਨੀ ਪੁੰਨ ਤਾਰੂ ਤੁਹਾਨੂੰ। ਹਾਂ ਸੱਚ ਬੇਬੇ, ਆਪਾਂ ਤਾਂ ਭੁੱਲ ਹੀ ਗਏ ਸੀ ਗੱਲਾਂ ਗੱਲਾਂ ਚ, ਤੂੰ ਕਿਵੇਂ ਆਈ ਸੀ? ਮੈਂ ਤਾਂ ਛੋਟੋ ਦੀ ਬੁੜੀ ਦਾ ਕਰਕੇ ਬੈਠਣ ਆਈ ਸੀ ਭਾਈ। ਜਾਏ ਭੋਗ ਤੇ ਵਾਹਵਾ ਬੁੜੀ ਸੀ, ਜਲੇਬੀਆਂ ਪਕਾਈਆਂ ਹੋਣੀਆਂ ਕੁੜਮਾਂ ਨੇ। ਹਾਂ ਬੇਬੇ, ਤੈਨੂੰ ਤਾਂ ਪਤਾ ਹੀ ਹੈ ਪਿੰਡਾਂ ਦਾ ਜਾਗਰ ਵੀਰਾ। ਜਾਗਰ ਵੀਰਾ ਕਾਹਦਾ ਭਾਈ, ਹੁਣ ਤਾਂ ਵੀੜੀਆਂ ਹੋ ਗਈਆਂ, ਜਾਵਾਂ ਘਰ ਨੂੰ ਸਾਰਾ ਟੱਬਰ ਭਾਲਣ ਆ ਜਾਣਗੇ, ਕਹਿਣਗੇ ਬੁੜੀ ਪਤਾ ਨੀ ਕਿੱਧਰ ਉੱਠ ਗਈ। ਲੈ ਦੱਸ ਹਾਂਜੀ। ਹੈਲੋ, ਸਤਿ ਸ਼੍ਰੀ ਅਕਾਲ ਬੇਟੇ। ਹਾਂ ਬੇਟੇ, ਠੀਕ ਹੈ। ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬੇਟੇ। ਆ ਲੈ ਬੀਬੀ ਜੀ, ਆ ਬਖਸ਼ੀਸ਼ ਸਿੰਘ ਦੀ ਕੁੜੀ ਹੁਣੇ ਹੁਣੇ ਪੜ੍ਹਾਈ ਕਰਕੇ ਆਈ ਹੈ ਤੇ ਪਰੀਆਂ ਵਰਗੀ ਹੈ ਬੀਬੀ ਜੀ। ਹਾਂ ਸੁੰਦਰੀ, ਸੁਣਿਆ ਤਾਂ ਮੈਂ ਵੀ ਸੀ, ਜਾ ਕੇ ਆਉਂਦੀ ਉਹਨਾਂ ਦੇ ਘਰੇ ਜੇ ਮੰਨ ਜਾਣ ਤਾਂ। ਆਲਾ ਸੁਬੇਦਾਰ ਨੀ
ਅੱਜ ਕਿਵੇਂ ਮੂੰਹ ਹੋ ਗਿਆ ਸਾਡੇ ਘਰ ਵੱਲ? ਮੈਂ ਤਾਂ ਆਪਣੀ ਕਰਮੀ ਆ ਨਾ, ਉਹਦੇ ਰਿਸ਼ਤੇ ਬਾਰੇ ਆਈ ਆ। ਅੱਛਾ, ਆਪਣੀ ਕਮਲ ਦਾ ਦਿਓਰ ਆ ਨਾ, ਉਹ ਬਾਹਰੋਂ ਆਇਆ ਕੈਨੇਡਾ ਤੋਂ। ਅੱਛਾ, ਸੋਹਣੀ ਸੁਨੱਖੀ ਕੁੜੀ ਭਾਲਦਾ, ਕੁਛ ਲੈਣਾ ਨੀ ਦੇਣਾ ਨੀ, ਆਪਦਾ ਸੂਟ ਪਾ ਕੇ ਲੈ ਜਾਣਗੇ ਚੁੰਨੀ ਚੜਾ ਕੇ। ਐਂ ਤਾਂ ਕਰਮੀ ਵੀ ਭੈਣੇ ਤੇਰੀ ਧੀ ਆ, ਤੁਸੀਂ ਕਿਹੜਾ ਮਾੜਾ ਕਰੋਗੇ? ਮੈਂ ਕਰਮੀ ਦੇ ਭਾਪੇ ਨਾਲ ਗੱਲ ਕਰ ਲੂੰਗੀ। ਠੀਕ ਹੈ, ਚੱਲ ਚੰਗਾ ਭੈਣੇ, ਜਾ ਕੇ ਉਹਨਾਂ ਨਾਲ ਗੱਲ ਕਰ ਲਈ, ਅਸੀਂ ਕੱਲ ਨੂੰ ਆਪਣੀ ਧੀ ਕਰਮੀ ਨੂੰ ਲੈ ਕੇ ਤੇਰੇ ਘਰ ਆ ਜਾਵਾਂਗੇ। ਚੱਲ ਚੰਗਾ, ਮੈਂ ਕਰਦੀ ਹਾਂ ਜਾ ਕੇ ਉਹਨਾਂ ਨਾਲ ਗੱਲ। ਚਾਹ ਤਾਂ ਪੀ ਜਾਂਦੀ? ਲੈ, ਚਾਹ ਵੀ ਨਹੀਂ ਪੀ ਕੇ ਗਈ। ਚੱਲ ਸੁੰਦਰੀ, ਘਰ ਦੀ ਚੰਗੀ ਤਰ੍ਹਾਂ ਸਫਾਈ ਕਰ ਦੇ, ਆਪਣੇ ਘਰ ਪ੍ਰਾਹੁਣਿਆਂ ਨੇ ਆਉਣਾ, ਬਖਸ਼ੀਸ਼ ਸਿਓ ਦੀ ਧੀ ਦਾ ਰਿਸ਼ਤਾ ਲੈਣ। ਕੁੜਾ ਕਿੱਥੇ ਪੀਣਕ ਲੱਗ ਗਈ ਤੇਰੀ? ਚੱਲ ਉੱਠ, ਛੇਤੀ ਨਿਬੇੜ ਲਾ ਕੰਮ। ਤੁਹਾਡੇ ਸਾਹਮਣੇ ਜੇ ਕੋਈ ਗੱਲਬਾਤ ਪੁੱਛਣੀ ਹੈ ਤਾਂ ਪੁੱਛ ਸਕਦੇ। ਲੈ ਭਾਈ ਕਾਕਾ, ਆ ਮੇਰੀ ਧੀ ਹੈ, ਤੇਰੇ ਸਾਹਮਣੇ ਹੈ, ਜੋ ਪੁੱਛਣਾ ਹੁਣ ਪੁੱਛ ਲਾ। ਹੁਣ ਦੱਸ ਦੇ ਭਾਈ, ਪਸੰਦ ਆ ਜਾਂ ਨਹੀਂ? ਹਾਂਜੀ ਪਸੰਦ ਆ, ਪਰ ਤੁਸੀਂ ਆਪਣੀ ਧੀ ਨੂੰ ਵੀ ਪੁੱਛ ਲਓ। ਲੈ, ਇਹਨੂੰ ਕੀ ਪੁੱਛਣਾ, ਜਿੱਥੇ ਅਸੀਂ ਕਰ ਦਾਂਗੇ ਇਹਨੂੰ ਪਸੰਦ ਹੈ। ਤਾਂ ਵੀ ਜੀ, ਤੁਹਾਡੀ ਧੀ ਦੀ ਹਾਂ ਵੀ ਜ਼ਰੂਰੀ ਹੈ। ਹਾਂ ਕੁੜੀਏ, ਤੂੰ ਦੱਸ, ਤੈਨੂੰ ਮੁੰਡਾ ਪਸੰਦ ਹੈ ਜਾਂ ਨਹੀਂ? ਹਾਂਜੀ ਠੀਕ ਹੈ, ਜਿਵੇਂ ਬੀਬੀ ਜੀ ਕਰਨਗੇ। ਠੀਕ, ਫਿਰ ਦੇਰ ਕਾਹਦੀ, ਕਰੋ ਸ਼ਗਨ। ਸੁੰਦਰੀ, ਮਹਿੰਦੀ ਲੈ ਕੇ ਆ, ਕਰੀਏ ਸ਼ਗਨ। ਹੱਥੀ ਮਹਿੰਦੀ ਲਾ, ਚੂੜੇ ਸਜਾਏ, ਨੀ ਧੀਏ ਲਾਡਲੀਏ, ਅੱਜ ਨਾ ਚੂੜਾ ਪਾ ਦੇ।
नीतू के हो जे लेख लिखाए नीति ए लाडलिए कीदी जाई ते कीने सगन मनाए नीति ए लाडलिए बीबी जी आ मुंह मिठा करा दो ती लाडो दा लाती है थोड़े कार व्यार निबड़ गए है सुंदरी खाना पानी तैयार कर फिर आपा टाइम ना डोली भी विदा करनी है जी सरदार तेरे रब ने नामे सज्जन कर आए नीति ए लाडलिए गर्मी तेन परौना बड़ा सोहना मिलिया वेखी अड़िए कितने सानू भुल ना जाए नहीं अड़िए इन्हें आपां नू कदों याद करना है इन्हू एडा सोहना साडा जीजा जो मिल गया चलो भाई उठो कवेला होई जांदा टाइम ना डोली विदा करिए चंगा तीने आपदा ध्यान रखे कदे दुख ना आवण नेड़े
खुशियां दून सवाया वे तेरे आ चूमण वेड़े साडे तियां चिड़ियां दे बाबला वजने सबबी गेड़े साडे तियां चिड़ियां दे बाबला वजने सबबी गेड़े उन खटले बाबल वे मैनू रुल दीनू गल लाके आज डोली पा दिता तू मैनू लाडो थी बना के यार वो बुजुर्ग माता कौन है मैं रोज देखता इन्हों इत सेवा करी जाते होंगे कितों आए हैं ये बेचारी का कौन है इत पहले सूबेदार घर काम करती सी तो हम बेचारी के नैन प्रैन रह गए हूँ इतने सेवा कर दी आपका ढिड भर लें चलो सेवा तार जूगी बई फिर गुरु साहब की सुनता उस मालक न सब का फिक्र गुरबाणी ने भी कहा तू मेरा राख सबनी चल चंगा बई माता जी ती उ हो ना जो सूबेदार दे घर हाँ धीए मैं उही सुंदरी हाँ बस इतने संगत के जितना ही सेवा करके दो वक्त रोटी खा लेंगी पर तेरा परिवार माता जी की दसा धीए मेरे तो बहुत वड्डी भुल हो गई हर रोज गुरु घर आऊंगी अपनी भुल बसाउण वास्ते खबरें रब मैनू माफ ही कर दे एहो जी की भुल हो गई सी तेरे तो मैनू दसो माता जी किवें दसा धीए नहीं दसो मैनू मैं सुन के ही जावांगी चलती है चल गई तुसी चलो पापा जी मैं आनी हाँ माता का हाल सुन लवा चंगा फिर छेती आ जी चलदा मैं लै फिर आ बैठ सुन सुनती है फिर लगती ओ ओ, ओ। चल उठ निकल जा मेरे घरों बाहर ना वे चंद्रया ऐडा कहर ना कमाए इस नन्नी जान ते बस बस तीजी भी ती जम के सड़ती मैनू पुत चाहिए पुत चल इतो बाहर ना वे चंद्रया तेन सुन गया ना चल इतो चल खड़ी वो इतने बैठी सुनाई जाती है गला चल उठ उठ खड़ी हो कितने लेके जाऊंगी रात की सोऊंगी मैं कुछ नहीं जानता चल चल पित्रो इतो चल मैं तेन कह दा ना चल इथों घरे ना बड़ी मुड़के हुण तेरे प्यो ने अद्धी रात नूं घरों कढ़ दित्ता तैनू लैके मैं सारी रात फिरदी रही उस तों बाद तैनू झाड़ियां विच पाया झाड़ियां विच पा के उत्थे तकदी रही जिन्ना चिर तैनू कोई लै नहीं गया है तू मेरी मां हाँ धीए मैं ही तेरी मां गी मैं ही तेरी मां गी करती है मैं तेरी पल पल की खबर रखती रही मही सूबेदारनी
ਤੇਰੇ ਰਿਸ਼ਤੇ ਲਈ ਬਖਸ਼ੀਸ਼ ਸਿੰਘ ਦੇ ਘਰ ਭੇਜਿਆ। ਆ ਲੈ ਬੀਬੀ ਜੀ, ਆ ਬਖਸ਼ੀਸ਼ ਸਿੰਘ ਦੀ ਕੁੜੀ ਹੁਣੇ ਹੁਣੇ ਪੜ੍ਹਾਈ ਕਰਕੇ ਆਈ ਆ ਤੇ ਪਰੀਆਂ ਵਰਗੀ ਹੈ ਬੀਬੀ ਜੀ। ਚਲੋ ਉੱਠ ਮਾਂ, ਤਰ ਮੇਰੇ ਨਾਲ। ਨਹੀਂ ਧੀਏ ਤੂੰ ਜਾ, ਪਰ ਸੁਖੀ ਵਸੇ। ਮੈਂ ਆਪਣੇ ਰਹਿੰਦੇ ਸਵਾਸ ਇੱਥੇ ਗੁਰੂ ਦੇ ਲੜ ਲੱਗ ਕੇ ਪੂਰੇ ਕਰ ਲਵਾਂਗੀ। ਨਹੀਂ ਮਾਂ, ਮੈਂ ਤੈਨੂੰ ਕਿਵੇਂ ਛੱਡ ਕੇ ਚਲੀ ਜਾਵਾਂ? ਤੂੰ ਮੇਰੇ ਪਿੱਛੇ ਦਰ ਦਰ ਦੀਆਂ ਠੋਕਰਾਂ ਕਰਦੀ ਆ। ਤੂੰ ਮੈਨੂੰ ਕੁੱਖ 'ਚ ਤਾਂ ਨਹੀਂ ਮਾਰਿਆ? ਮੈਂ ਤੇਰੀ ਮਜਬੂਰੀ ਨੂੰ ਸਮਝ ਗਈ। ਤੂੰ ਮੈਨੂੰ ਦੁਨੀਆ ਵਿਖਾਈ ਹੈ ਮਾਂ, ਅਤੇ ਦੇਖ ਅੱਜ ਤੇਰੀ ਧੀ ਕਿੱਥੇ ਪਹੁੰਚ ਗਈ। ਲੱਗਦਾ ਵਾਹਿਗੁਰੂ ਨੇ ਅੱਜ ਤੈਨੂੰ ਮਾਫ਼ ਕਰਤਾ। ਚੱਲ ਮਾਂ, ਤੁਰ ਮੇਰੇ ਨਾਲ। ਦਾਤਿਆ, ਤੇਰਾ ਲੱਖ ਸ਼ੁਕਰ ਹੈ।